ਇਹ ਬਹੁਤ ਹੀ ਮਜ਼ੇਦਾਰ ਪ੍ਰਯੋਗ ਹੈ। ਇਸ ਵਿੱਚ ਤੁਸੀਂ ਗੁਬਾਰੇ ਵਿੱਚ ਸੂਈ ਨਾਲ ਵਿੰਨ ਪਾਓਗੇ ਪਰ ਉਹ ਫਟੇਗਾ ਨਹੀਂ। ਇੱਕ ਸਰਿੰਜ ਲਵੋ ਅਤੇ ਉਸ ਨੂੰ ਪਾਣੀ ਨਾਲ ਭਰ ਲਵੋ। ਹੁਣ ਸੂਈ ਨੂੰ ਗੁਬਾਰੇ ਦੀ ਗੰਢ ਦੀ ਦੇ ਉਲਟ ਦਿਸ਼ਾ ਉਸੇ ਹਿੱਸੇ ਸਰਿੰਜ ਨਾਲ ਵਿੰਨ ਪਾਓ ਅਤੇ ਗੁਬਾਰਾ ਫਟੇਗਾ ਨਹੀਂ। ਹੁਣ ਗੁਬਾਰੇ ਦੀ ਗੰਢ ਵਾਲੇ ਪਾਸੇ ਵੀ ਸੂਈ ਨਾਲ ਵਿੰਨ ਪਾਓ ਪਰ ਗੁਬਾਰਾ ਫਿਰ ਵੀ ਨਹੀਂ ਫਟੇਗਾ। ਅਜਿਹਾ ਇਸ ਕਰਕੇ ਹੈ ਕਿਉਂਕਿ ਗੁਬਾਰੇ ਵਿੱਚ ਇਹਨਾਂ ਥਾਵਾਂ 'ਤੇ ਰਬੜ ਜ਼ਿਆਦਾ ਹੁੰਦਾ ਹੈ। ਹੁਣ ਤੁਸੀਂ ਸੂਈ ਨੂੰ ਵਾਰ ਵਾਰ ਅੰਦਰ ਬਾਹਰ ਕਰ ਸਕਦੇ ਹੋ ਪਰ ਗੁਬਾਰਾ ਫਟੇਗਾ ਨਹੀਂ। ਜਦ ਤੁਸੀਂ ਵਿਚਲੇ ਹਿੱਸੇ ਵਿੱਚ ਸੂਈ ਖਬੋਓਗੇ ਤਾਂ ਗੁਬਾਰਾ ਫਟ ਜਾਵੇਗਾ। ਹੁਣ ਇੱਕ ਗੁਬਾਰੇ ਦੇ ਮੂੰਹ ਦੀ ਉਲਟ ਦਿਸ਼ਾ ਵਿੱਚ ਵਿੰਨ ਪਾ ਕੇ ਪਾਣੀ ਪਾ ਦਿਓ। ਗੁਬਾਰੇ ਵਿੱਚ ਗਲੀ ਹੋਵੇਗੀ ਜਿਸ ਵਿੱਚੋਂ ਪਾਣੀ ਬਾਹਰ ਨਿਕਲ ਆਏਗਾ। ਹੁਣ ਇੱਕ ਗੁਬਾਰੇ ਉੱਤੇ ਸੈਲੋ ਟੇਪ ਗੁਣਾਂ ਦੇ ਨਿਸ਼ਾਨ ਵਿੱਚ ਦੋਨੋਂ ਵਿਰੋਧੀ ਦਿਸ਼ਾਵਾਂ 'ਤੇ ਲਗਾਓ। ਇੱਕ ਲੰਬੀ ਸੂਈ ਨਾਲ ਟੇਪ ਵਿੱਚ ਗਲੀ ਕਰੋ। ਹੁਣ ਵੀ ਗੁਬਾਰਾ ਫਟੇਗਾ ਨਹੀਂ। ਇਹ ਇਸ ਲਈ ਹੈ ਕਿਉਂਕਿ ਟੇਪ ਦੀ ਸਕਿਨ ਨੂੰ ਕੰਟੈਕਟ ਕਰਨ ਤੋਂ ਇਹ ਰੋਕਦਾ ਹੈ।